ਧਰਨਿਆਂ ਨਾਲ ਕੁਝ ਵੀ ਹੱਲ ਨਹੀਂ ਹੁੰਦਾ ਹੁੰਦਾ ਲੋਕਾਂ ਦੇ ਘਰ ਢਾਹ ਦਿੱਤੇ ਗਏ ਸੀ ਪਰ ਉਸ ਤੋਂ ਬਾਅਦ ਇੱਕ ਵੱਡਾ ਵਿਸ਼ਾਲ ਧਰਨਾ ਲੱਗਿਆ ਧਰਨਾ ਜੋ ਨੈਸ਼ਨਲ ਹਾਈਵੇ ਰੋਡ ਜਾਮ ਕੀਤਾ ਗਿਆ ਪਰ ਹੁਣ ਜੋ ਇੱਕ ਹੋਰ ਤਸਵੀਰ ਸਾਹਮਣੇ ਆਈ ਕਿ ਇੱਥੋਂ ਗੁੱਡਾ ਦਲ ਨਿਹੰਗ ਸਾਹਿਬ ਜੀ ਉਹ ਦੋ ਗੱਡੀਆਂ ਲੈ ਕੇ ਹੋਰ ਗੱਡੀਆਂ ਇੱਥੋਂ ਲੰਘਾ ਕੇ ਲੈ ਜਾਂਦੇ ਆ ਤਾਂ ਇਹ ਤਸਵੀਰਾਂ ਨੇ ਇੱਥੋਂ ਹੋਰ ਕੋਈ ਵੀ ਨਹੀਂ ਲੰਘਿਆ ਦੋ ਗੱਡੀਆਂ ਆਉਂਦੀਆਂ ਔਰ ਇੱਥੋਂ ਗੱਡੀਆਂ ਆਪਣੀਆਂ ਲੰਘਾ ਕੇ ਲੈ ਜਾਂਦੀਆਂ ਉਹ ਕਹਿੰਦੇ ਕਿਸੇ ਅੱਗੇ ਪੂਰੀ ਗੱਲਬਾਤ ਕੀ ਹੁੰਦੀ ਹੈ ਸਾਰੀ ਉਸ ਵਿੱਚ ਬਹੁਤ ਸਾਰੀ ਪੁਲਿਸ ਤਨਬਲ ਤਾਇਨਾਤ ਕੀਤਾ ਗਿਆ ਉਸ ਤੋਂ ਬਾਅਦ ਗੱਡੀਆਂ ਲਗਾਤਾਰ ਅੱਗੇ ਵੱਧ ਰਹੀਆਂ ਕਿ ਪਿੱਛੋਂ ਕਿਸੇ ਨੇ ਇਹਨਾਂ ਨੂੰ ਰੋਕਿਆ ਨਹੀਂ ਰੋਕਿਆ ਗਿਆ ਅਜੇ ਬਹੁਤ ਸਾਰੇ ਸਵਾਲ ਸੀ ਪਰ ਇੱਥੋਂ ਫਿਰ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਅੱਗੇ ਗੱਡੀਆਂ ਕਿਸ ਤਰ੍ਹਾਂ ਲੰਘਣਗੀਆਂ ਇਹ ਸਵਾਲ ਆ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਦਰ ਵੀ ਆਪਣੇ ਭੈਣ ਭਰਾਵਾਂ ਨੂੰ ਕਰਨ ਦੇ ਹਰ ਵਰਗ ਪੰਜਾਬ ਦੇ ਵਿੱਚ ਰਹਿੰਦਾ ਹਿੰਦੂ ਮੁਸਲਿਮ ਸਿੱਖ ਇਸਾਈ ਤੇ ਗੱਲ ਇਹ ਆ ਵੀ ਆਪਾਂ ਜੇ ਹੱਕ ਲੈਣੇ ਲੀਡਰਾਂ ਦੇ ਕੋਲੋਂ ਲਓ ਜਿਨ੍ਹਾਂ ਲੋਕਾਂ ਦਾ ਰਾਜ ਆ ਇੱਥੇ ਤੰਗ ਕਰਕੇ ਸੜਕਾਂ ਜਾਮ ਕਰਕੇ ਅਸੀਂ ਲੋਕ ਹਜ਼ਾਰਾਂ ਪਿੱਛੇ ਵੇਖਦੇ ਪਏ ਹਾਂ ਲੋਕ ਹੱਦੋਂ ਵੱਧ ਲੋਕਾਂ ਦਾ ਜਲੂਸ ਨਿਕਲਿਆ ਪਿਆ ਨਿੱਕੇ ਨਿੱਕੇ ਨਿਆਣੇ ਵਿਲਕਦੇ ਪਏ ਆ ਦੱਸੋ ਰਾਹ ਕਿਸੇ ਦਾ ਕੋਈ ਮਰ ਗਿਆ ਕਿਸੇ ਦਾ ਕੋਈ ਜੰਮ ਪਿਆ ਉੱਥੇ ਜਾਣਾ ਕੀ ਹਾਲ ਪਿਆ ਲੋਕਾਂ ਦਾ ਦੱਸੋ ਇੱਦਾਂ ਮਸਲੇ ਹੱਲ ਕਦੀ ਹੋਏ ਆ ਜਿਹੜਾ ਇੱਦਾਂ ਦੇ ਫਿਰ ਰਾਜ ਭਾਗ ਜਿਹੜਾ 1,45,000 ਮਰਬਾ ਮੀਲ ਜਿਹੜਾ ਖਾਲਸਾ ਰਾਜ ਕਾਇਮ ਕੀਤਾ ਹੈ ਉਹ ਧਰਨੇ ਲਾ ਕੇ ਕੀਤਾ ਸੀ ਦਸਵੇਂ ਪਾਤਸ਼ਾਹ ਨੇ ਜੰਗ ਯੁੱਧ ਲੜੇ ਆ 14 ਜੰਗਾਂ ਲੜੀਆਂ ਧਰਨੇ ਲਾਏ ਕਦੇ ਇਹ ਸਿੱਖ ਨਵਾਂ ਇਹ ਕੰਮ ਨਾ ਕਰਨ ਧਰਨਿਆਂ ਨਾਲ ਇਨਸਾਫ਼ ਨਹੀਂ ਕਦੇ ਮਿਲਦੇ ਹੁੰਦੇ ਧਰਨਿਆਂ ਵਾਲੇ ਬਾਬੇ ਬਹੁਤ ਅੱਗੇ ਪੰਜਾਬ 'ਚ ਹੋ ਗਏ ਧਰਨੇ ਲਾ ਲਾ ਕੇ ਬਹੁਤ ਪੈਸੇ ਇਕੱਠੇ ਕਰ ਲਏ ਉਹਨਾਂ ਨੇ ਜੇ ਧਰਨੇ ਨਹੀਂ ਮਾਨ ਸਿੰਘ ਅਕਾਲੀ ਧਰਨਿਆਂ ਨਾਲ ਨਹੀਂ ਆਪਣੇ ਹੱਕ ਲੈਣ ਵਾਸਤੇ ਕੁਝ ਜਾਰੂ ਕੰਮ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਹ ਸਨ ਬਾਬਾ ਬੁੱਢਾ ਦਲ ਦੇ ਜੋ ਕਹਿ ਸਕਦੇ ਆਗੂ ਸਨ ਜੇ ਤਾਂ ਉਹਨਾਂ ਨੇ ਗੱਲਬਾਤ ਕੀਤੀ ਇਸ ਤੋਂ ਬਾਅਦ ਅੱਗੇ ਹੋਰ ਵੀ ਜੇ ਪ੍ਰੋਟੈਸਟ ਹੁੰਦਾ ਤਾਂ ਸ਼ਾਇਦ ਇਹ ਘਰ ਵੱਸ ਸਕਦੇ ਬਿਲਕੁਲ ਭਾਈ ਸਹੀ ਗੱਲ ਹੈ ਜੇ ਆਪਣੇ ਵਿੱਚ ਭਾਈ ਇਹਨਾਂ ਵਿੱਚੋਂ 10 ਮੁੰਡੇ ਵੀ ਤਿਆਰ ਬਾ ਤਿਆਰ ਹੁੰਦੇ ਕਿਸੇ ਦੀ ਹਿੰਮਤ ਹੀ ਨਹੀਂ ਸੀ ਭਾਈ ਕਿ ਘਾਟ ਹੋਲਣ ਦੇ ਜਾਂ ਕਿਸੇ ਦੀ ਹਿੰਮਤ ਦੀ ਸਰਕਾਰ ਦੀ ਵੀ ਸਾਡੇ ਘਰਾਂ ਦੇ ਉੱਤੇ ਬਲਡੋਜ਼ਰ ਚਲਾਉਂਦੇ ਬਾਬਾ ਜੀ ਤੁਸੀਂ ਫਿਰ ਬਜਟ ਕਿਉਂ ਰਹੇ ਕਿ ਤੁਸੀਂ ਇੱਧਰ ਦੀ ਲੰਘਣਾ ਇਹਦਾ ਕਾਰਨ ਕੀ ਰਿਹਾ ਬਾਬਾ ਜੀ ਅਸੀਂ ਇਹ ਚਾਹੁੰਦੇ ਹਾਂ ਇਹਨਾਂ ਨੂੰ ਪਤਾ ਲੱਗੇ ਜੇ ਤਾਂ ਰੋਕਣਾ ਸੀ ਰਾਹ ਭਾਈ ਰਾਹੁਲ ਗਾਂਧੀ ਦਾ ਕਿਉਂ ਨਹੀਂ ਰੋਕਿਆ 2-4 ਦਿਨ ਪਹਿਲੇ ਲੰਘ ਕੇ ਗਿਆ ਤੂੰ ਉਹਦਾ ਕਿਉਂ ਨਹੀਂ ਰੋਕਿਆ ਜਿਹੜਾ ਸਿਆਸੀ ਲੀਡਰ ਹੈ ਉਹਨਾਂ ਨੂੰ ਤੰਗ ਕਰੋ ਨਾ ਆਮ ਪਬਲਿਕ ਨੂੰ ਤੰਗ ਕਰਕੇ ਕੀ ਮਿਲੂਗਾ ਨਹੀਂ ਫਿਰ ਕਹਿਣ ਦਾ ਮਤਲਬ ਇਹ ਕਿ ਕਿਉਂ ਨਹੀਂ ਰੋਕਿਆ ਗਿਆ ਕਿਉਂ ਤੁਸੀਂ ਇੱਧਰ ਦੀ ਆਏ ਕਿਉਂ ਤੁਸੀਂ ਇੱਧਰ ਦੀ ਆਏ ਜਦੋਂ ਬਾਕੀ ਸਾਰੇ ਜਾਂਦਾ ਉੱਧਰ ਦੀ ਆ ਰਹੇ ਤੁਸੀਂ ਕਿਉਂ ਇੱਧਰ ਦੀ ਆਏ ਬਾਬਾ ਜੀ ਸਾਡਾ ਤਾਂ ਮਸਲਾ ਇਹੀ ਹੈ ਇਹਨਾਂ ਨੂੰ ਦੱਸਣਾ ਹੀ ਚਾਹੁੰਦੇ ਸੀ ਬਸ ਤੁਸੀਂ ਦੇਖ ਕੇ ਜੋ ਸਿੰਘ ਸਾਹਿਬ ਫਿਰ ਇਸ ਵਾਰ ਇੱਥੋਂ ਅੱਗੇ ਧਰਨੇ ਦੇ ਵਿੱਚੋਂ ਗੱਡੀ ਨਿਕਾਲ ਗਈ ਤਾਂ ਅੱਗੇ ਜੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਬਹੁਤ ਸਾਰੀਆਂ ਇੱਥੇ ਗੱਡੀਆਂ ਰੁਕੀਆਂ ਵੀ ਹੋਈਆਂ ਪਰ ਅੱਗੇ ਵੀ ਤੁਸੀਂ ਦੇਖ ਸਕਦੇ ਹੋ ਫਿਰ ਬੈਰੀਕੇਡ ਕੀਤਾ ਗਿਆ ਅਤੇ ਇਹ ਪੁਲਿਸ ਬਲ ਤੈਨਾਤ ਕਹਿੰਦੇ ਪੰਜਾਬ ਐਂਡ ਐਮਰਜੈਂਸੀ ਸਰਵਿਸ ਵੀ ਇੱਥੇ ਸਾਰੀ ਲੱਗੀ ਹੋਈ ਆ ਪਰ ਗੱਡੀਆਂ ਤੋਂ ਆਉਂਦੀਆਂ ਤਾਂ ਗੱਡੀਆਂ ਇੱਥੋਂ ਉਹ ਲੰਘ ਜਾਂਦੀਆਂ ਤਾਂ ਤਸਵੀਰਾਂ ਨੇ ਜੋ ਜਲੰਧਰ ਨੈਸ਼ਨਲ ਹਾਈਵੇ ਬੰਦ ਕੀਤਾ ਹੋਇਆ ਇਹ ਤਸਵੀਰਾਂ ਇਹ ਦੇਖ ਰਹੇ ਹੋ ਅਗਲੀ ਅਪਡੇਟ ਕਿਸੇ ਵੀ ਲਗਾਤਾਰ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ ਦੇਖਦੇ ਰਹੋ ਐਨ ਐਨ ਆਰ ਨਿਊਜ਼।